ਰਾਤ ਬਾਈ ਐਕਸੀਡੈਂਟ ਹੋਇਆ ਤਲਵੰਡੀ ਭਾਈ ਸ਼ਹਿਰ। ਇਹ ਜਿਹੜੀ ਮਹਿੰਦਰਾ ਪਿਕਅਪ ਗੱਡੀ ਆ, ਇਹ ਫਿਰੋਜ਼ਪੁਰ ਤੋਂ ਲੁਧਿਆਣੇ ਚੱਲੀ ਸੀਗੀ। ਲਸਣ ਦੇ ਜਿਹੜੇ ਇਹਨਾਂ ਦੇ ਗੱਟੇ ਲੱਦੇ ਹੋਏ ਸੀ। ਇਹਦੇ ਵਿੱਚ ਤਕਰੀਬਨ ਜਿਹੜੇ 5 ਜਾਣੇ ਸੀ ਗੱਡੀ ਦੇ, 2 ਜਾਣੇ ਜਿਹੜੇ ਗੱਡੀ ਦੇ ਵਿੱਚ ਬੈਠੇ ਸੀ, ਇੱਕ ਡਰਾਈਵਰ, ਇੱਕ ਜਿਹੜੇ ਉਹਦੇ ਨਾਲ ਦਾ, ਅਤੇ 3 ਜਾਣੇ ਜਿਹੜੇ ਗੱਡੀ ਦੇ ਉੱਪਰ ਗੱਟਿਆਂ ਦੇ ਉੱਪਰ ਪਏ ਸੀਗੇ ਅਤੇ ਉਹ ਸੁੱਤੇ ਪਏ ਸੀਗੇ। ਅਤੇ ਇਹ ਤਕਰੀਬਨ ਜਦੋਂ ਤਲਵੰਡੀ ਚੌਂਕ ਆਉਂਦਾ, ਉੱਥੋਂ 1 ਕਿਲੋਮੀਟਰ ਪਿੱਛੇ ਗੱਡੀ, ਜਿਹੜਾ ਡਰਾਈਵਰ ਨੂੰ ਨੀਂਦ ਆ ਜਾਂਦੀ ਆ ਅਤੇ ਜਿਹੜੀ ਉਹ ਗੱਡੀ ਫੁੱਟਪਾਥ 'ਤੇ ਚੜ੍ਹ ਜਾਂਦੀ ਆ ਅਤੇ ਫੁੱਟਪਾਥ ਦੇ ਚੜ੍ਹਨ ਦੇ ਨਾਲ ਜਿਹੜੀ ਗੱਡੀ ਪਲਟ ਜਾਂਦੀ ਅਤੇ ਗੱਡੀ ਪਲਟਣ ਦੇ ਨਾਲ ਜਿਹੜੇ ਉੱਪਰ ਗੱਟਿਆਂ ਦੇ ਪਏ ਸੀ ਉਹਨਾਂ ਦੇ ਬਹੁਤ ਜਿਹੜੀਆਂ ਗੰਭੀਰ ਸੱਟਾਂ ਵੱਜੀਆਂ, ਜਿਹੜੇ ਕਾਫੀ ਸੀਰੀਅਸ ਸੀ। ਜਿਹੜੇ ਡਰਾਈਵਰ ਅਤੇ ਨਾਲ ਉਹ ਕਨੈਕਟਰ ਬੈਠਾ ਸੀ ਉਹ ਉਹਨਾਂ ਹੀ ਥੋੜ੍ਹੀ ਬਚਤਾ। ਇੱਥੋਂ ਗੱਡੀ ਜਿਹੜੀ ਫੁੱਟਪਾਥ 'ਤੇ ਚੜ੍ਹੀ ਆ ਅਤੇ ਇੱਥੋਂ ਜਦੋਂ ਗੱਡੀ ਚੜ੍ਹ ਗਈ ਫੁੱਟਪਾਥ 'ਤੇ ਬਾਈ ਜੀ, ਇੱਥੋਂ 30-35 ਜਿਹੜੀ ਫੁੱਟ ਗੱਡੀ ਪਾਸੇ ਜਾ ਕੇ ਮਣਕ ਬੁੜਕ ਕੇ ਜਿਹੜੀ ਵੱਜੀ ਆ ਅਤੇ ਗੱਟੇ ਜਿਹੜੇ ਉਹਨਾਂ ਦੇ ਉਹ ਵੀ 100 ਫੁੱਟ ਤੱਕ, ਜਿਹੜੇ ਆਪਣਾ ਜਿਹੜੇ ਗੱਡੇ ਗੰਢੇ ਜਿਹੜੇ ਉਹਨਾਂ ਦੇ ਗੱਟੇ ਆ ਖਿੱਲਰ ਦੇ ਆ, ਸੋਰੀ, ਜਿਹੜੇ ਆਪਣਾ ਲਸਣ ਆ ਖਿੱਲਰ ਦਾ ਜਿਹੜਾ ਅੱਗੇ ਜਾ ਵੜਿਆ ਵਾ। ਇਹ ਤਕਰੀਬਨ 1:15 ਦੀ ਜਿਹੜੀ ਗੱਲ ਆ ਰਾਤ ਦੀ, ਅਤੇ ਤਰੀਕ ਜਿਹੜੀ ਆਪਣੀ ਹੈਗੀ ਅੱਜ 22, ਅਤੇ ਨਾਲ ਦੀ ਨਾਲ ਜਿਹੜੇ 112 ਵਾਲੇ ਪੁਲਿਸ ਤਲਵੰਡੀ ਭਾਈ ਦੀ ਅਤੇ ਨਾਲ ਅਸੀਂ, ਸਾਡੀ ਵੀ ਐਂਬੂਲੈਂਸ ਆ ਸੇਵਾ ਸੁਸਾਇਟੀ ਜਿਹੜੀ ਲੋਕ ਭਲਾਈ ਆਰਮੀ ਗਰੁੱਪ ਦੀ, ਅਸੀਂ ਸਾਨੂੰ ਵੀ ਫੋਨ ਕਿਹਾ ਸੀ, ਅਸੀਂ ਵੀ ਨਾਲ ਦੀ ਨਾਲ ਪਹੁੰਚ ਗਏ ਹਾਂ। ਆਹ ਖੂਨ ਪਿਆ ਵਾ ਉਹਨਾਂ ਦਾ ਵਿਚਾਰਾ, ਜਿਹੜੇ ਉੱਪਰ ਸੀਗੇ ਉਹ ਕਾਫੀ ਗੰਭੀਰ ਆ। ਸੋ 108 ਵੀ ਜਿਹੜੀ ਨਾਲ ਦੀ ਨਾਲ ਹੀ ਪਹੁੰਚ ਗਈ ਸੀ ਅਤੇ 108 ਦੇ ਵਿੱਚ ਪਾ ਕੇ ਜਿਹੜਾ ਮਰੀਜ਼ਾਂ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਜਿਹੜਾ ਫਰੀਦਕੋਟ ਹਸਪਤਾਲ ਪਹੁੰਚਦਾ ਕਰ ਦਿੱਤਾ। ਸੋ ਸਾਰੇ ਡਰਾਈਵਰ ਵੀਰਾਂ ਮੂਹਰੇ ਹੱਥ ਜੋੜ ਕੇ ਬੇਨਤੀ ਆ, ਬਾਈ ਰਾਤ ਭਰ ਤੇ ਗੱਡੀ ਚਲਾਉਣੇ ਨੇ, ਕਿਰਪਾ ਕਰਕੇ ਜਦੋਂ ਨੀਂਦ ਆਉਂਦੀ ਗੱਡੀ ਪਾਸੇ ਲਾ ਲਿਆ ਕਰੋ, ਨਾ ਤੁਰਨ ਦੀ ਲੋੜ ਨਹੀਂ ਬਾਈ ਜੀ, ਕਿਰਪਾ ਕਰਕੇ ਵੀਡੀਓ ਸ਼ੇਅਰ ਕਰ ਦਿਓ।